ਸਤਿ ਸ਼੍ਰੀ ਅਕਾਲ ਜੀ, ਮੈਂ ਜੈਸਮੀਨ ਮੈਨੂੰ ਆਜ਼ਾਦ ਟੀਵੀ ਤੇ ਤੁਹਾਡਾ ਸਵਾਗਤ ਕਰਦੀ ਆ। ਲੋਕਡਾਊਨ ਚੱਲ ਰਿਹਾ ਤੇ ਸਾਰੇ ਕੰਮ ਧੰਦੇ ਜਿਹੜੇ ਰੁਕੇ ਹੋਏ ਨੇ, ਕੰਮ ਧੰਦੇ ਬੰਦ ਹੋ ਚੁੱਕੇ ਨੇ। ਬਹੁਤ ਸਾਰੇ ਲੋਕ ਜਿਹੜੇ ਬਾਹਰ ਰਹਿੰਦੇ ਸੀ ਘਰਾਂ ਤੋਂ, ਆਪਣੇ ਘਰਾਂ ਦੇ ਵਿੱਚ ਆਏ ਹੋਏ ਨੇ। ਕੁਝ ਲੋਕ ਇੰਜੋਏ ਕਰ ਰਹੇ ਨੇ, ਕੁਝ ਲੋਕ ਬੋਰ ਹੋ ਗਏ ਨੇ। ਤੇ ਮੈਂ ਵੀ ਕਾਫੀ ਟਾਈਮ ਹੋ ਗਿਆ ਆਪਣੇ ਘਰੇ ਆਈ ਹੋਈ ਸੀ, ਆਪਣੇ ਬਜ਼ੁਰਗਾਂ ਦੇ ਨਾਲ, ਬੱਚਿਆਂ ਦੇ ਨਾਲ ਸਮਾਂ ਜਿਹੜਾ ਬਿਤਾ ਰਹੀ ਆ। ਤਾਂ ਕੱਲ ਮੈਂ ਆਪਣੀ ਦਾਦੀ ਨਾਲ ਬੈਠ ਕੇ ਗੱਲਾਂ ਕਰ ਰਹੀ ਸੀ ਪੁਰਾਣੇ ਸਮਿਆਂ ਦੀਆਂ, ਉਹਨਾਂ ਦੇ ਵਿਆਹ ਕਿੱਦਾਂ ਹੁੰਦੇ ਸੀ, ਕਿਵੇਂ ਉਹਨਾਂ ਦਾ ਉਹਨਾਂ ਦੇ ਸਮਿਆਂ ਦੇ ਵਿੱਚ ਕਿਵੇਂ ਦਾ ਮਾਹੌਲ ਹੁੰਦਾ ਸੀ, ਇਦਾਂ ਦੀਆਂ ਗੱਲਾਂ ਕਰ ਰਹੀ ਸੀ। ਤਾਂ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਬਣਾ ਕੇ ਮੈਂ ਆਪਣੇ ਵਟਸਐਪ ਤੇ ਪਾਈ ਸੀ, ਤਾਂ ਬਹੁਤ ਸਾਰੇ ਦੋਸਤਾਂ ਨੇ ਉਹ ਵੀਡੀਓ ਕਲਿੱਪ ਬਹੁਤ ਪਸੰਦ ਕੀਤੀ ਸੀ ਤੇ ਕਈਆਂ ਨੇ ਮੇਰੇ ਤੋਂ ਮੰਗਵਾਈ ਕਿ ਤੁਸੀਂ ਇਹ ਪੂਰੀ ਪਾਓ, ਤੁਸੀਂ ਦਾਦੀ ਜੀ ਦੀਆਂ ਗੱਲਾਂ ਹੋਰ ਸੁਣਾਓ। ਤਾਂ ਮੇਰਾ ਮਨ ਕੀਤਾ ਕਿ ਮੈਂ ਘਰੇ ਆਈ ਹੋਈ ਹਾਂ ਤਾਂ ਮੈਂ ਇੱਕ ਛੋਟੀ ਜਿਹੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂ। ਬੀਬੀ ਨੂੰ ਮੈਂ ਦੁਬਾਰਾ ਆਪਣੇ ਨਾਲ, ਮੇਰੀ ਦਾਦੀ ਨੂੰ ਬਿਠਾਇਆ, ਉਹਨਾਂ ਨਾਲ ਗੱਲਾਂ ਕਰਾਂਗੇ ਕੁਝ ਕੁ ਉਹਨਾਂ ਦੇ ਪੁਰਾਣੇ ਸਮਿਆਂ ਦੀਆਂ, ਉਹਨਾਂ ਦੇ ਵਿਆਹ ਦੀਆਂ, ਕਿਵੇਂ ਵਿਆਹ ਹੋਏ, ਉਹਨਾਂ ਦੇ ਪੁਰਾਣੇ ਸਮਿਆਂ ਦੇ ਵਿੱਚ ਕਿੱਦਾਂ ਦਾ ਮਾਹੌਲ ਹੁੰਦਾ ਸੀ, ਕਿਵੇਂ ਲੋਕ ਰਹਿੰਦੇ ਸੀ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ। ਹੋਰ ਬੀਬੀ ਕੀ ਹਾਲ ਹੈ? ਠੀਕ ਆ ਬੀਬੀ। ਮੈਂ ਜਿਵੇਂ ਆਪਾਂ ਉਦਣ ਗੱਲ ਕਰਦੇ ਸੀ ਹਨਾ, ਉਹ ਵੀਡੀਓ ਬਹੁਤ ਲੋਕਾਂ ਨੇ ਪਸੰਦ ਕੀਤੀ ਆਪਣੀ। ਠੀਕ। ਮੈਂ ਇੱਕ ਤਾਂ ਤੁਹਾਡੇ ਤੋਂ ਸਾਰਿਆਂ ਨਾਲ ਪਹਿਲਾਂ ਤੇ ਹੀ ਪੁੱਛਦੀ ਆ ਵੀ ਤੁਹਾਡਾ ਵਿਆਹ ਕਦੋਂ ਹੋਇਆ ਸੀਗਾ, ਕਿਹੜੀ ਉਮਰ ਦੇ ਵਿੱਚ ਵਿਆਹ ਆਇਆ ਸੀ? ਮੇਰਾ ਵਿਆਹ ਬੇਟਾ ਹੋਇਆ ਸੀ 15 ਸਾਲ ਦੀ ਉਮਰ 'ਚ ਹੋ ਗਿਆ ਸੀ। 15 ਸਾਲ ਦੀ? ਹਾਂ। ਤੇ ਬਾਪੂ ਜੀ ਦੀ ਉਮਰ ਤੇ ਤੁਹਾਡੀ ਉਮਰ ਦੇ ਵਿੱਚ ਕਿੰਨੇ ਸਾਲਾਂ ਦਾ ਜਿਹੜਾ ਗੈਪ ਸੀ? ਤੇਰੇ ਬਾਪੂ ਜੀ ਦੀ ਉਮਰ 20 ਸਾਲ ਵੱਡਾ ਸੀ ਮੈਨੂੰ। ਅੱਛਾ। ਹਾਂ। ਤੇ ਤੁਸੀਂ ਜਦੋਂ ਬੀਬੀ, ਅੱਜ ਕੱਲ ਦੇ ਸਮਿਆਂ ਦੇ ਵਿੱਚ ਤਾਂ ਕੁੜੀਆਂ ਇਹ ਕਰਦੀਆਂ ਨੇ ਹਨਾ ਵੀ 20 ਸਾਲ ਵੱਡਾ ਹੋਵੇ ਵੀ ਜਿਹਦੇ ਨਾਲ ਵਿਆਹ ਹੋਵੇ, ਵੀ ਉਦੋਂ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਜਿਹੜੇ ਬਾਪੂ ਜੀ ਆ ਵੀ ਉਹਨਾਂ ਦੀ ਉਮਰ 20 ਸਾਲ ਆ, ਉਦੋਂ ਤੁਹਾਨੂੰ ਕਿਵੇਂ ਜੇ ਐਂ ਨਹੀਂ ਲੱਗਿਆ ਵੀ ਇੰਨੇ ਵੱਡੇ ਬੰਦੇ ਨਾਲ ਮੇਰਾ ਵਿਆਹ ਹੋਊਗਾ? ਨਹੀਂ ਪੁੱਤ, ਉਦੋਂ ਨਹੀਂ ਸੀ ਐਂ ਕਰਦੇ ਨਹੀਂ ਸੀ, ਜਿਵੇਂ ਕਰ ਦਿੰਦੇ ਸੀ ਉਵੇਂ ਠੀਕ ਸੀਗਾ। ਵੀ ਜਿਵੇਂ ਮਾਂ ਪਿਓ ਕਰ ਦਿੰਦਾ ਨਾ ਉਵੇਂ ਠੀਕ ਨਹੀਂ ਠੀਕ ਸੀ। ਅੱਗੇ ਪਹਿਲਾਂ ਸਮਿਆਂ ਦੇ ਵਿੱਚ ਤਾਂ ਨਾਈਆਂ ਨੂੰ ਆਖ ਦਿੰਦੇ ਸੀ ਵੀ ਰੁਪਈਆ ਫੜਾ ਦਿਓ, ਫਿਰ ਆਪ ਕਰਨ ਲੱਗ ਗਈ। ਉਹ ਐਂ ਨਹੀਂ ਸੀ, ਕੰਮ ਧੰਦੇ ਵਾਲਾ ਬੰਦਾ ਵੇਂਦੇ ਸੀ, ਪਲੀ ਪੱਠਾ ਵੇਂਦੇ ਸੀ ਵੀ ਕਮਾਈ ਵਾਲਾ। ਤੇ ਉਦੋਂ ਐਂ ਨਹੀਂ ਸੀ, ਕੁੜੀਆਂ ਨਹੀਂ ਸੀ ਐਂ ਕਹਿੰਦੀਆਂ ਹੁੰਦੀਆਂ ਵੀ ਨਹੀਂ। ਤੇ ਬਾਪੂ ਜੀ ਦਾ ਸੁਭਾਅ ਕਿਵੇਂ ਸੀਗਾ? ਉਹਦਾ ਸੁਭਾਅ ਬਹੁਤ ਨੇਕ ਸੀ, ਬਹੁਤ ਹੀ ਚੰਗਾ ਸੀਗਾ। ਤੇ ਉਹ ਤਾਂ ਬੜਾ ਹੀ ਚੰਗਾ ਬੰਦਾ ਸੀ, ਉਹਨੂੰ ਕਮਾਈ ਵਾਲਾ ਸੀ, ਉਹਨੂੰ ਕੋਈ ਇੰਨਾ ਨਹੀਂ ਸੀਗਾ ਵੀ ਲੜਾਈ ਵਾਲਾ ਨਹੀਂ ਸੀਗਾ, ਬਹੁਤ ਵਧੀਆ ਸੁਭਾਅ ਸੀ ਉਹਦਾ। ਤੇ ਤੁਸੀਂ ਉਦਣ ਜਿਹੜੀ ਗੱਲ ਸੁਣਾਈ ਸੀਗੀ ਵੀ ਜਿਵੇਂ ਜਦੋਂ ਤੁਹਾਡਾ ਵਿਆਹ ਹੋਇਆ ਸੀਗਾ, ਰੇਲ ਗੱਡੀ ਤੇ ਤੁਹਾਡੀ ਗਈ ਸੀਗੀ ਜਾਨ ਹਨਾ, ਤੇ ਲੈ ਕੇ ਗਏ ਸੀ ਤੁਹਾਨੂੰ, ਉਹ ਸਾਰੀ ਗੱਲ ਕਿਵੇਂ, ਉਦੋਂ ਕੀ ਹੋਇਆ ਸੀ? ਉਹ ਸਾਰੀ ਗੱਲ ਬਹੁਤ ਸਾਰੇ ਲੋਕਾਂ ਨੇ ਉਦੋਂ ਪਸੰਦ ਕੀਤੀ ਸੀ। ਪੁੱਤ ਦੂਜਾ ਬਸ ਆਈ ਸੀਗਾ, ਛੋਟੀ ਛੋਟੀ 15 ਸਾਲਾਂ ਦੀ ਉਮਰ ਸੀ ਸਾਡੀ, ਦੋ ਜਾਣੀਆਂ ਸੀ ਅਸੀਂ, ਮੇਰੇ ਤਾਏ ਦੀ ਧੀ ਸੀ। ਤੇ ਉਦੋਂ ਫਿਰ ਵਿਆਹ ਐਂ ਕਰਦੇ ਸੀਗੇ ਵੀ ਵਾਲਾ ਜਿੱਥੇ ਕਿਤੇ ਨੇੜੇ ਟ੍ਰੇਨ ਜਾਂਦੀ ਸੀ, ਮੇਰੀ ਸਾਡੀ ਤਾਂ ਟ੍ਰੇਨ ਤੇ ਹੀ ਜਾਨ ਆਈ ਸੀ। ਟ੍ਰੇਨ ਤੇ ਆ ਕੇ ਫਿਰ ਸਟੇਸ਼ਨ ਤੇ ਉਤਰ ਗਏ, ਫਿਰ ਉੱਥੋਂ ਜਾ ਕੇ ਵੀ ਅਗਲਾ ਆਖ ਦਿੰਦਾ ਵੀ ਜਾਨ ਤਾਂ ਤੁਰ ਕੇ ਆ ਜਾਂਦੀ ਹੈ, ਤੇ ਵੀ ਜਿਹੜੇ ਪ੍ਰਾਹੁਣੇ ਆ ਵੀ ਉਹਨਾਂ ਨੂੰ ਲਿਆਉਣਾ, ਤੇਰੇ ਬਾਪੂ ਜੀ ਨੂੰ ਤਾਂ ਘੋੜੀ ਤੇ ਬਹਾਤਾ ਤੇ ਦੂਜੇ ਨੂੰ ਬੋਤੇ ਤੇ ਬਹਾਤਾ। ਫਿਰ ਗੁਰਦੁਆਰੇ ਵੀ ਰੱਖਦੇ ਹੁੰਦੇ ਦੂਜੇ ਨੂੰ, ਮਤਲਬ ਜਿਹੜੀ ਤੁਹਾਡੀ ਭੈਣ ਦਾ ਵੀ ਨਾਲ ਹੀ ਵਿਆਹ ਹੋਇਆ ਸੀ, ਮਾਸੀ ਦਾ, ਸਾਡੇ ਇਕੱਠੇ ਵਿਆਹ ਹੋਏ ਸੀ। ਉਹ ਗੁਰਦੁਆਰੇ ਫਿਰ ਜਾਨ ਰਹੀ, ਰਾਤ ਰਹੀ ਜਾਨ ਗੁਰਦੁਆਰੇ ਤੜਕੇ, ਫਿਰ 4 ਵਜੇ ਨੇਰੇ ਨੇਰੇ ਮੂੰਹ ਸਿਰ ਬਲੇਟ ਕੇ ਵੀ ਆਨੰਦ ਕਰ ਦਿੰਦੇ, ਨੇਰੇ ਨੇਰੇ ਕੁੜੀ ਦਾ ਮੂੰਹ ਨੀ ਵਿਖਾਉਂਦੇ। ਅੱਛਾ। ਤੇ ਬਸ ਐ ਬਲੇਟ ਕੇ ਸਾਡੇ ਕਰਤੇ, ਉਵੇਂ ਬਲੇਟ ਕੇ ਸਾਨੂੰ ਗੱਡੇ ਤੇ, ਬਲਦ ਗੱਡੇ ਵਾਲਿਆ ਸੀਗਾ ਬਲਦ ਗੱਡਾ, ਉਹਦੇ ਤੇ ਬਹਾ ਕੇ ਦੋਹਾਂ ਨੂੰ ਸਾਨੂੰ ਲੈ ਕੇ ਫਿਰ ਟ੍ਰੇਨ ਤੇ ਚੜਾਇਆ ਸਾਨੂੰ। ਅੱਛਾ। ਟ੍ਰੇਨ ਤੇ ਚੜ ਕੇ ਫਿਰ ਅਸੀਂ ਜੈਤੋਂ ਉਤਰੇ ਜਾ ਕੇ, ਉੱਥੋਂ ਫਿਰ ਗਾਂ ਵਾਵਾ ਵਾਟ 3 ਕਿਲੋਮੀਟਰ ਪੈ ਜਾਂਦੀ, ਫਿਰ ਉੱਥੇ ਕਾਰੀਗਰ ਆਉਂਦਾ, ਕਾਰੀਗਰ ਆਇਆ ਗੱਡੀ ਲੈ ਕੇ, ਉਹਦੇ ਉੱਤੇ ਜਿਵੇਂ ਹਰਾਸ ਬਣਾਇਆ ਹੁੰਦਾ ਐਂ ਬਣਾ ਕੇ, ਤੇ ਉਹਦੇ ਵਿੱਚ ਅਸੀਂ ਫਿਰ ਬੈਠੇ। ਅੱਛਾ। ਤੇ ਫਿਰ ਉਹਦੇ ਤੇ ਸਾਨੂੰ ਲੈ ਕੇ ਗਏ ਘਰੇ। ਤੇ ਕਿੰਨੀਆਂ ਭੈਣਾਂ ਸੀ ਬੀਬੀ ਤੁਸੀਂ? ਅਸੀਂ 3 ਭੈਣਾਂ ਸੀ। 3 ਭੈਣਾਂ? ਹਾਂ, ਤੇ ਪਿਓ ਸਾਡੇ ਹੈ ਨਹੀਂ ਸੀਗਾ ਤੇ ਅਸੀਂ ਭੈਣਾਂ ਹੀ ਸੀ। ਦੋਵਾਂ ਦਾ ਤੁਹਾਡਾ ਇਕੱਠੀਆਂ ਦਾ ਵਿਆਹ ਹੋਇਆ? ਨਹੀਂ, ਉਹ ਮੇਰੇ ਤਾਏ ਦੀ ਧੀ ਦਾ ਨਾਲ ਹੋਇਆ ਸੀ। ਅੱਛਾ ਅੱਛਾ ਅੱਛਾ। ਹਾਂ, ਦੂਜੀਆਂ ਦਾ ਮਗਰ ਵਈ ਉਹ ਮੇਰੇ ਤਾਏ ਦੀ ਧੀ ਦਾ ਨਾਲ ਸੀ। ਤੇ ਤੁਸੀਂ ਜਿਹੜੀ ਉਹ ਗੱਲ ਇੱਕ ਹੋਰ ਸੁਣਾਈ ਸੀ ਵਿੱਚ, ਤੁਸੀਂ ਦੋਵੇਂ ਭੈਣਾਂ ਠੂਠੀ ਪਿੱਛੇ ਲੜਤੀਆਂ ਸੀ? ਉਦੋਂ ਨਾ ਦੂਜਾ ਰਿਵਾਜ ਸੀਗਾ, ਖੋਪੇ ਦੀ ਠੂਠੀ ਤੇ 1 ਰੁਪਈਆ ਦਿੰਦੇ ਸੀ। ਉਹ ਫਿਰ ਸਾਡੇ ਦੋਵਾਂ ਦੇ ਵਿਆਹ ਕਰਕੇ ਇੱਕ ਨੂੰ ਠੂਠੀ ਦੇ ਗਈਆਂ, ਇੱਕ ਨੂੰ ਰੁਪਈਏ ਦੇ ਗਈਆਂ। ਮੈਨੂੰ ਰੁਪਈਏ, ਮੈਂ ਵੱਡੀ ਸੀ, ਛੋਟੀ ਸੀ, ਠੂਠੀ ਦੇ ਗਈਆਂ। ਫਿਰ ਉਹ ਉਦੋਂ ਫਿਰ ਮਤ
ਵੀ ਨਿਆਣੀ ਕਰਕੇ ਤੇ ਉਹ ਫਿਰ ਅਸੀਂ ਆਖਿਆ ਉਹ ਆਦੀ ਮੈਂ ਠੂਠੀਆਂ ਲੈਣੀਆਂ ਉਹ ਥੋੜਾ ਜਿਹਾ ਖੋਪਾ ਖਾਂਦੀ ਹੁੰਦੀ ਸੀ ਤੇ ਮੈਂ ਰੁਪਈਏ ਲੈ ਲਏ ਤੇ ਉਹ ਆਦੀ ਮੈਨੂੰ ਠੂਠੀਆਂ ਦੇ ਦੇ ਮੈਂ ਕਿਹਾ ਲੈ ਲਓ ਫਿਰ ਇੰਨਾ ਨਹੀਂ ਇੰਨਾ ਉਦੋਂ ਪਤਾ ਨਹੀਂ ਹੁੰਦਾ ਸੀਗਾ ਤੇ ਬੀਬੀ ਜਦੋਂ ਵਿਆਹ ਹੋਇਆ ਤੁਹਾਡਾ ਤੇ ਉਦੋਂ ਕਿੰਨਾ ਪਰਿਵਾਰ ਕਿੱਡਾ ਕੁ ਸੀ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਕਿਵੇਂ ਸੀ ਵੱਡਾ ਸੀ ਇਕੱਠ ਪਰਿਵਾਰ ਬਹੁਤ ਵੱਡਾ ਸੀ ਚਾਰ ਤਾਂ ਭਰਾ ਸੀ ਤੇਰੇ ਬਾਪੂ ਜੀ ਹੋਰੇ ਤੇ ਤਿੰਨ ਭੈਣਾਂ ਸੀ ਇਕੱਠੇ ਸੀ ਸਾਰੇ ਹਾਂ ਇਕੱਠੇ ਬਾਪੂ ਜੀ ਤੇ ਮਾਂ ਜੀ ਸੀ ਕਿੱਡਾ ਪਰਿਵਾਰ ਸੀ ਪਰਿਵਾਰ ਬਹੁਤ ਵੱਡਾ ਸੀ ਤੇ ਬਹੁਤ ਵਧੀਆ ਪਰਿਵਾਰ ਸੀਗਾ ਐਂ ਨਹੀਂ ਸੀਗਾ ਕੋਈ ਵੀ ਸੱਸ ਨੂੰਹ ਵਾਲੀ ਗੱਲ ਨਹੀਂ ਸੀ ਹੁੰਦੀ ਬਹੁਤ ਵਧੀਆ ਪਰਿਵਾਰ ਸੀ 18ਵੇਂ ਸਾਲ ਦੇ ਵਿੱਚ ਵੀ ਤੇਰਾ ਡੈਡੀ ਹੋ ਗਿਆ ਮੈਨੂੰ ਤੇ ਬਸ ਫਿਰ ਉਦੋਂ ਕੰਮ ਧੰਦੇ ਬਹੁਤ ਉਦੋਂ ਜ਼ਿਆਦਾ ਹੀ ਕਰਦੀਆਂ ਸੀ ਐਂ ਹੁਣ ਦੀਆਂ ਹੁਣ ਨਹੀਂ ਉਦੋਂ ਬਹੁਤ ਜ਼ਿਆਦਾ ਕੰਮ ਧੰਦੇ ਹੁੰਦੇ ਸੀ ਗਰਮੀ ਚੁਗਣੇ ਤੇ ਤੜਕੇ ਸਦਿਆਂ ਉੱਠਣਾ ਸਦਿਆਂ ਉੱਠ ਕੇ ਦੁੱਧ ਰਿੜਕਣਾ ਧਾਰਾਂ ਚੂਣੀਆਂ ਤੇ ਹੁਣ ਤਾਂ ਗੈਸ ਹੋ ਗਈ ਉਦੋਂ ਕਿੱਥੇ ਸੀ ਚੁੱਲ੍ਹਿਆਂ ਤੇ ਚਾਹਾਂ ਕਰਨੀਆਂ ਤੜਕੇ ਪਹਿਲਾਂ ਮੈਂ ਉੱਠਣਾ ਉੱਠ ਕੇ ਫਿਰ ਮੈਂ ਚਾਹ ਕਰਨੀ ਚਾਹ ਕਰਕੇ ਫਿਰ ਤੂੰ ਸਾਰਿਆਂ ਨੂੰ ਫੜਾਉਣੀ ਫੜਾ ਕੇ ਫਿਰ ਧਾਰਾਂ ਚੋਣੀਆਂ ਫਿਰ ਪੱਠੇ ਪੱਠੇ ਵੀ ਮੈਂ ਹੀ ਪਾਉਣੇ ਪੱਠੇ ਪਾ ਕੇ ਫਿਰ ਕੂੜਾ ਸਿੱਟਣਾ ਕੂੜਾ ਸਿੱਟ ਕੇ ਫਿਰ ਆਟਾ ਕੋਟਾ ਸਾਰਾ ਤੇ ਉਹ ਮੈਂ ਕਦੇ ਕਿਹਾ ਨਹੀਂ ਸੀਗਾ ਵੀ ਤੁਸੀਂ ਆਪਦੀ ਨਨਾਣ ਨੂੰ ਸੱਸ ਮੇਰੀ ਨਾਲ ਕੰਮ ਕਰਾਉਂਦੀ ਹੁੰਦੀ ਸੀ ਉਹਨੇ ਕੰਮ ਕਰਾਉਣਾ ਮੈਂ ਉਤਲਾ ਪੁਤਲਾ ਕਰ ਲੈਣਾ ਖੁਰਾਕਾਂ ਖਾਣੀਆਂ ਦੁੱਧ ਤਾਂ ਕੋਈ ਵੇਚਦਾ ਨੀ ਹੁੰਦਾ ਸੀ ਉਦੋਂ ਫਿਰ ਘਰੇ ਦੁੱਧ ਵਾਧੂ ਹੋਣਾ ਘਿਓ ਦਹੀਆਂ ਤੇ ਖਾਣੀਆਂ ਫਿਰ ਜਦੋਂ ਹੁਣ ਤਾਂ ਕੁੜੀਆਂ ਜੇ ਬੱਚਾ ਇੱਕ ਹੋ ਜੇ ਤਾਂ ਕੁਛ ਖਾਂਦੀਆਂ ਨੀ ਤੇ ਉਦੋਂ ਤਾਂ 10-10 ਕਿਲੋ ਘਿਓ ਇੱਕ ਬੱਚੇ ਵਾਰੀ ਖਾਣਾ 10 ਕਿਲੋ ਹਾਂ 10 ਕਿਲੋ ਖਾਣਾ 5 ਕਿਲੋ ਉਹਨਾਂ ਦਾ ਹੋਣਾ ਜਦੋਂ ਤੇਰਾ ਡੈਡੀ ਹੋਇਆ 5 ਕਿਲੋ ਤਾਂ ਇੱਥੇ ਬੇਬੇ ਨੇ ਦਿੱਤਾ ਤੇ 6 ਕਿਲੋ ਮੇਰੀ ਸੱਸ ਲਿਆਈ ਮਾਂ ਜੀ ਆਪਣੀ ਉਹ ਲਿਆਈ ਤੇ ਉਦੋਂ ਤਾਂ ਫਿਰ ਘਿਓ ਇੰਨੇ ਖਾ ਕੇ ਘਿਓ ਦੇ ਵਾਧੂ ਤੇ ਖੁਰਾਕਾਂ ਵਧੀਆ ਸੀਗੀਆਂ ਤੇ ਉਦੋਂ ਤਾਂ ਐਂ ਆਖਣਾ ਵੀ ਕੰਮ ਹੋਵੇ ਕੰਮ ਨੂੰ ਫਿਰ ਮੂਹਰੇ ਲਾ ਲੈਣਾ ਉਤੇ ਨਾ ਥੱਕਣਾ ਨਾ ਆਕਣਾ ਫਿਰ ਉਦੋਂ ਹੁੰਦੇ ਸੀ ਹੁਣ ਤਾਂ ਆਪਣੇ ਆਹ ਮਸ਼ੀਨਾਂ ਕਮਾਇਨਾ ਹੋ ਗਈਆਂ ਉਦੋਂ ਆਹ ਕੁੱਪੇ ਜੇ ਹੁੰਦੇ ਸੀ ਦਾਣੇ ਕੱਢਦੇ ਖੇਤ ਚ ਹੁੰਦੇ ਸੀ ਲਾ ਲੈਂਦੇ ਉੱਥੇ ਫਿਰ ਆਥਣੇ ਰੋਟੀ ਲੈ ਕੇ ਜਾਣੀ ਫਿਰ 7-7 ਕਿੱਲੇ ਕਮਾਦ ਦੇ ਬੀਜਦੇ ਕਲਾੜੀ ਹੁੰਦੀ ਤੇ ਫਿਰ ਜੇ ਕੋਈ ਬੱਚਾ ਵੀ ਹੋਣ ਵਾਲਾ ਹੁੰਦਾ ਫਿਰ ਵੀ ਨਹੀਂ ਸੀ ਐਂ ਵੀ ਹੁਣ ਬੱਚਾ ਹੁਣ ਤਾਂ ਦਵਾਈਆਂ ਬੂਟੀਆਂ ਖਾਂਦੀਆਂ ਕੁੜੀਆਂ ਉਦੋਂ ਨਹੀਂ ਸੀ ਉਦੋਂ ਫਿਰ ਇੰਨਾ ਭਾਰ ਚੱਕਣਾ ਤੇ ਖੇਤ ਰੋਟੀਆਂ ਲੈ ਕੇ ਜਾਣੀਆਂ ਫਿਰ ਉੱਥੇ ਜਦੋਂ ਰੋਟੀ ਲੈ ਕੇ ਜਾਣੀ ਤੇ ਉਹਨਾਂ ਨੇ ਰੋਟੀ ਖਾਣੀ ਮੈਂ ਪੱਠੇ ਵੱਢਣੀ ਪੱਠੇ ਵੱਢ ਕੇ ਫਿਰ ਬੋਤੇ ਤੇ ਲੱਦ ਕੇ ਘਰੇ ਲਿਆਉਣੀ ਘਰੇ ਲਿਆ ਕੇ ਫਿਰ ਉਹ ਆਥਣੇ ਬੋਤੇ ਤੇ ਐਂ ਹੁੰਦਾ ਸੀ ਟੋਕਾ ਗਾਂਧੀ ਹੁੰਦੀ ਸੀ ਤੇ ਉਹ ਬੋਤਾ ਜੋੜ ਲੈਣਾ ਫਿਰ ਪੱਠੇ ਕੁਤਰਨੇ ਪਾਉਣੇ ਵੀ ਥਕੇਵਾਂ ਤਾਂ ਆਉਂਦਾ ਨੀ ਸਦੋਂ ਹੌਸਲੇ ਵਾਲੇ ਹੁੰਦੇ ਸੀ ਹੁਣ ਤਾਂ ਕੁੜੀਆਂ ਹੌਸਲੇ ਬਹੁਤ ਹੁੰਦੇ 20 ਸਾਲ ਵੀ ਇਕੱਠ ਦੇ ਵਿੱਚ ਕੱਟਿਆ 20 ਸਾਲ ਜਿਹੜੀ ਛੋਟੀ ਸੀ ਇਹਨਾਂ ਤੇ ਡੈਡੀ ਹੋਰਾਂ ਦੀ ਭੂਆ ਜੀ ਉਹ 7 ਸਾਲ ਦੀ ਸੀ ਜਦੋਂ ਮੈਂ ਵਿਆਹ ਹੋ ਗਿਆ ਸੀ ਪਹਿਲਾਂ ਉਹਨਾਂ ਦੀਆਂ ਦਰੀਆਂ ਦੱਪੇ ਕੱਢਣ ਕੱਤਣ ਸਾਰਾ ਉਹਨਾਂ ਦਾ ਬਣਾਇਆ ਸਵੈਟਰਾਂ ਕੋਟੀਆਂ ਬਹੁਤ ਜ਼ਿਆਦਾ ਪਤਾ ਹੀ ਨਹੀਂ ਸੀ ਵੀ ਇਹ ਥਕੇਵਾਂ ਤੇ ਨਾ ਆਏ ਸੀਗਾ ਵੀ ਇਕੱਠੇ ਆ ਤੇਰ ਮੇਰ ਨਹੀਂ ਸੀ ਫਿਰ ਅਸੀਂ 4 ਇਕੱਠੇ ਹੋ ਗਏ ਤੇ ਅਸੀਂ ਤਾਂ ਫਿਰ ਤੜਕੇ ਬਾਪੂ ਜੀ ਨੇ ਕਹਿਣਾ ਭਾਈ ਸਦੇਹਾ ਉੱਠੋ ਤੁਹਾਨੂੰ 100-100 ਰੁਪਇਆ ਦੇਵਾਂਗੇ ਤੇ ਆਪਾਂ ਨਰਮਾ ਚੁਗਣਾ ਤੇ ਸਦੇਹਾ ਇੱਕ ਮਤਲਬ ਮੰਝਾਂ ਹੁੰਦੀਆਂ ਸੀ ਬਾਹਣੀਆਂ ਇੱਕ ਬਾਪੂ ਜੀ ਨੇ ਦੁੱਧ ਰਿੜਕਣਾ ਇੱਕ ਮੈਂ ਰਿੜਕਣਾ ਫਿਰ ਕਿਸੇ ਨੇ ਕੂੜਾ ਸਿੱਟ ਲਿਆ ਭਾਂਡੇ ਮਾਂਜ ਲਏ ਤੇ ਅਸੀਂ ਫਿਰ ਨਾ ਜਾਣਾ ਨਰਮਾ ਚੁਗਣਾ ਤੇ ਡੂ ਡੂਡ ਮਣ ਨਰਮਾ ਚੁਗਣਾ 300 ਮਣਾ ਨਰਮਾ ਅਸੀਂ 5 ਜਾਣਿਆਂ ਨੇ ਚੁਗਿਆ ਫਿਰ ਆਥਣੇ ਅਸੀਂ ਜਦੋਂ ਜੋਖਣਾ ਨਾ ਤੇ ਹੌਂਸਲਾ ਚੜ੍ਹ ਜਾਣਾ ਵੀ ਸਵੇਰੇ ਉਦੂ ਵਾਧੂ ਤੇ ਬਾਪੂ ਜੀ ਕਹਿੰਦਾ ਤੁਹਾਨੂੰ 100-100 ਰੁਪਇਆ ਦੇ ਦੋ ਕੁੜੀਓ ਤੇ ਵੀ ਲੀੜੇ ਬਣਾ ਲਿਓ ਉਦੋਂ 100 ਰੁਪਇਆ ਵੱਡਾ ਸੀ ਤੇ ਇੱਕ ਸੀਗਾ ਦੂਜਾ ਛੋਟਾ ਜਿਹੜਾ ਤੁਹਾਡਾ ਚਾਚਾ ਜੀ ਤੇ ਉਹ ਕਹਿੰਦਾ ਨਹੀਂ ਆ ਕਿ ਇਹਨਾਂ ਨੂੰ 100 ਰੁਪਇਆ ਕਾਹਤੋਂ ਦੇਣਾ ਬਾਪੂ ਜੀ ਨੇ ਸਾਨੂੰ ਆੜਤੀਆਂ ਤੋਂ ਲਿਆ ਕੇ ਦੇਤਾ 400 ਰੁਪਇਆ ਤੇ ਉਹਨੂੰ ਪਤਾ ਲੱਗ ਗਿਆ ਉਹਨੇ ਸੱਤ ਖੋਹ ਲਿਆ ਕਿਉਂ ਕਿ ਇਹਨਾਂ ਨੂੰ ਦੇਣਾ ਇਹ ਕੋਈ ਮੁੱਲ ਲਿਆਂਦੇ ਇਹਨਾਂ ਨੇ ਕੰਮ ਨੀ ਕਰਨਾ ਬਾਪੂ ਜੀ ਕਹਿੰਦਾ ਵੀ ਲੀੜੇ ਵੀ ਬਣਾਉਣਾ ਕੁੜੀਆਂ ਨੂੰ ਹੌਸਲਾ ਹੁੰਦਾ ਤੇ ਉਦੋਂ ਤਾਂ ਪੁੱਤ ਇਹੋ ਜਿਹੇ ਕੰਮ ਬਹੁਤ ਸੀ ਤੇ ਐਂ ਸਰੀਕੇ ਨੀ ਸੀ
ਤੇ ਪਰ ਮੈਂ ਤਾਂ ਬਹੁਤ ਜ਼ਿਆਦਾ ਅਸੀਂ 20 ਸਾਲ ਕੰਮ ਕੀਤਾ ਬਹੁਤ ਇਕੱਠ ਦੇ ਨਾਲ ਹੌਸਲੇ ਦੇ ਨਾਲ ਤੇਰੇ ਤੇਰੇ ਡੈਡੀ ਹੋਰੀ ਜਦੋਂ ਛੁੱਟੀਆਂ ਹੁੰਦੀਆਂ ਇਹ ਜਾਂਦੇ ਫਿਰ ਇਹਨਾਂ ਨੇ ਨਰਮਾ ਚੁਗਣਾ ਇਹਨਾਂ ਦਾ ਅੱਡ ਹੀ ਰੱਖਣਾ ਵੀ ਅਸੀਂ ਆਪਦਾ ਅੱਡ ਵਿਖਾਉਣਾ ਵੀ ਇੰਨਾ ਚੁਗਣਾ ਤੇ ਇੰਨੀਆਂ ਇੰਨੀਆਂ ਰੋਟੀਆਂ ਫਿਰ ਸੂਏ ਤੇ ਲੀੜੇ ਧੋਣ ਜਾਣਾ ਘਰੇ ਨਹੀਂ ਸੀ ਨਲਕੇ ਹੁੰਦੇ ਸੀ ਸੂਆ ਸੀਗਾ ਉੱਥੇ ਫਿਰ ਇੰਨਾ ਇੰਨਾ ਭਾਰ ਲਿਜਾਣਾ ਚੱਕ ਕੇ ਤੇ ਫਿਰ ਉੱਥੇ ਲੀੜੇ ਧੋਣੇ ਅੱਗੇ ਬੰਦਿਆਂ ਨੂੰ ਕੰਮਾਂ ਦੇ ਬੰਦੇ ਬੁੜੀਆਂ ਦੀ ਗੱਲ ਨੀ ਸੀ ਸੁਣਦੇ ਅੱਛਾ ਅੱਗੇ ਗੱਲ ਨੀ ਸੀ ਸੁਣਦੇ ਜੇ ਭਰਾਵਾਂ ਦਾ ਥਵਾਕ ਉਹਨਾਂ ਨੇ ਥਵਾਕ ਹੀ ਰੱਖਣਾ ਐ ਨੀ ਸੀ ਜਿਵੇਂ ਹੁਣ ਕੋਈ ਬੰਦਾ ਬੁੜੀ ਕਹੇ ਦੇ ਤੇ ਉਵੇਂ ਮਗਰ ਲੱਗ ਜੇ ਅੱਗੇ ਨੀ ਸੀ ਲੱਗਦੇ ਗੱਲ ਨੀ ਸੀ ਸੁਣਦੇ ਬਸ ਕੰਮ ਬੰਨੀ ਧਿਆਨ ਸੀ ਫਿਰ ਵੇਲਾ ਕੱਢਦੇ ਜਦੋਂ ਰਾਤ ਨੂੰ ਦਾਣੇ ਢੋਂਦੇ ਗੱਡਿਆ ਨਾ ਫਿਰ ਇੰਨਾ ਹੌਸਲਾ ਹੋਣਾ ਟੋਕਰਿਆਂ ਨਾਲ ਲੀੜੇ ਬੰਨ ਲੈਣੇ ਫਿਰ ਉਹਨਾਂ ਤੋਂ ਦਾਣੇ ਅੰਦਰ ਸਿੱਟਣੇ ਕਿੰਨੇ ਕਿੰਨੇ ਦਾਣੇ ਹੁੰਦੇ ਫਿਰ ਉਹ ਸਾਰੇ ਗੱਡੇ ਨਾਲ ਢੋਣੇ ਵੀ ਬਾਹਰ ਗੱਡਾ ਅੰਦਰ ਨਾ ਵੜਦਾ ਤੇ ਉੱਥੇ ਫਿਰ ਬਾਲਟੀਆਂ ਨਾਲ ਟੋਕਰੇ ਭਰੇ ਜਾਂਦੇ ਫਿਰ ਉਹ ਮਾਹੌਲ ਦੇ ਨਾਲ ਫਿਰ ਠੀਕ ਮੰਨਣਾ ਅੱਗੇ ਤਾਂ ਜੇ ਵਿਆਹ ਵੀ ਹੋ ਜਾਂਦਾ ਵੀ ਤਿੰਨ ਚਾਰ ਵਾਰੀ ਲੈਣ ਆਉਣਾ ਤੇ ਲੁਕ ਜਾਣਾ ਕੁੜੀ ਨੇ ਮੱਥੇ ਨੀ ਸੀ ਲੱਗਣਾ ਲੁਕ ਜਾਣਾ ਉਦੋਂ ਜਦੋਂ ਨਾਲ ਜਾਂਦੀ ਉਦੋਂ ਬਾਹਰ ਨਿਕਲਦੀ ਜੇ ਦੋ ਤਿੰਨ ਦਿਨ ਰਹਿੰਦੇ ਤਿੰਨ ਦਿਨ ਕੁੜੀਆਂ ਅੰਦਰ ਹੀ ਬੈਠੀਆਂ ਰਹਿੰਦੀਆਂ ਮੱਥੇ ਨਹੀਂ ਸੀ ਲੱਗਦੀਆਂ ਤੇ ਜਦੋਂ ਦੂਜਾ ਜਾਣਾ ਤੇ ਉਦੋਂ ਤਾਂ ਨਾਲ ਜਾਣਾ ਹੀ ਹੈ ਤੇ ਅੱਗੇ ਤਾਂ ਇਹੋ ਜਿਹੇ ਜਵਾਨੀ ਸੀ ਅੱਗੇ ਇਹੋ ਜਿਹਾ ਕੋਈ ਹੈ ਨਹੀਂ ਸੀ ਜਿਵੇਂ ਹੁਣ ਲੋਕਾਂ ਨੂੰ ਵੀ ਜਿਵੇਂ ਗੱਲ ਬਣੀ ਹੈ ਵੀ ਹੁਣ ਆਪ ਕੁੜੀਆਂ ਵਿਆਹ ਕਰਾ ਲੈਂਦੀਆਂ ਗੱਲਾਂ ਬਾਤਾਂ ਅੱਗੇ ਨਹੀਂ ਸੀ ਇਹੋ ਜਿਹੇ ਕੰਮ ਨਹੀਂ ਸੀ ਅੱਗੇ ਕਿਤੇ ਵੀ ਕੋਈ ਕੁੜੀ ਕਤਰੀ ਹੁੰਦੀ ਨਾ ਉਹਦੀ ਬਹੁਤ ਜ਼ਿਆਦਾ ਲੋਕੀ ਵਿਚਾਰ ਕਰਦੇ ਵੀ ਫਲਾਨੀ ਕੁੜੀ ਆਏ ਆ ਜਾਂ ਮੁੰਡਾ ਆਏ ਆ ਅੱਗੇ ਹੈ ਨਹੀਂ ਸੀਗਾ ਨਾ ਕੋਈ ਨਸ਼ੇ ਪੱਤੇ ਸੀ ਕੰਮਾਂ ਦੇ ਹੀ ਸੀ ਪਰ ਇਸ ਘਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੀ ਥਵਾਕ ਰਿਹਾ ਕੋਈ ਆਪ ਭਰਾ ਸੀਗੇ ਆਪ ਤਿੰਨੇ ਭਰਾ ਕੰਮ ਕਰਦੇ ਛੋਟਾ ਤਾਂ ਪੜ੍ਹਦਾ ਹੀ ਸੀਗਾ ਮਾਸਟਰ ਸੀਗਾ ਉਹ ਤਾਂ ਬਾਹਰ ਹੀ ਰਿਹਾ ਅਤੇ ਦੂਜੇ ਵੇਲਾ ਇੱਕ ਬਾਪੂ ਜੀ ਸੀ ਇਹਨਾਂ ਨੇ ਚਾਰਾਂ ਨੇ ਕੰਮ ਕਰਨਾ ਹੈ ਵਧੀਆ ਅਤੇ ਆ ਕੰਮਾਂ ਦੇ ਹੌਸਲੇ ਹੀ ਸੀ ਹੁਣ ਤਾਂ ਸਰੀਕੇ ਕਰਨ ਬਹਿ ਜਾਂਦੀਆਂ ਕੁੜੀਆਂ ਨਾ ਇਕੱਠ 'ਚ ਕੱਟਣ ਤੇ ਅੱਗੇ ਨਹੀਂ ਸੀਗਾ ਪੁੱਤ ਅੱਗੇ ਬਹੁਤ ਇਹੋ ਜਿਹੇ ਕੰਮ ਸੀਗੇ ਤੇ ਮੈਂ ਤਾਂ ਬਹੁਤ ਜ਼ਿਆਦਾ ਹੀ ਕੰਮ ਆਪੇ ਤਾਂ ਮੈਂ ਬੱਠਲ ਚੱਕ ਲੈਂਦੀ ਸੀ ਮੈਂ ਕਦੇ ਨਹੀਂ ਆਖਿਆ ਸੀ ਜੇ ਉਹ ਮੈਂ ਗਈ ਸਾਂ ਪੱਠੇ ਮੈਂ ਆਪਾਂ ਦੇ ਮੇਰੇ ਪੱਠੇ ਪਾਏ ਮੇਰੇ ਨਾ ਕਿਸੇ ਦੇ ਪਸੰਦ ਨਹੀਂ ਸੀ ਆਉਂਦੇ ਮੈਂ ਆਪ ਪੱਠੇ ਪਾਉਣੇ ਆਪ ਮੈਂ ਧਾਰਾਂ 'ਚੋਣੀਆਂ ਅਤੇ ਜਾਣੀ ਹੌਸਲਾ ਹੋਣਾ ਦੁੱਧ ਦਾ ਅਤੇ ਜਦੋਂ ਅੱਡ ਹੋ ਗਏ ਤੇ ਉਦੋਂ ਵੀ ਮੈਂ ਪੱਠੇ ਪਾਉਣੇ ਤੇਰੇ ਬਾਪੂ ਜੀ ਨੇ ਨਹੀਂ ਕਦੇ ਪਾਏ ਸੀਰੀ ਰੱਖਣਾ ਅਤੇ ਮੈਂ ਸੀਰੀ ਦੇ ਪੱਠੇ ਪਾਏ ਪਸੰਦ ਨਹੀਂ ਸੀ ਕਰਨੇ ਅਤੇ ਜੇ ਤੇਰੇ ਚਾਚੇ ਜੀ ਨੇ ਕਹਿਣਾ ਵੀ ਮੈਂ ਝੋਲਾਂ ਭੂਆ ਨੇ ਤੇਰੀ ਨੇ ਮੈਂ ਕਹਿਣਾ ਤੁਸੀਂ ਦੁੱਧ ਥੋੜ੍ਹਾ ਕੱਢਦੇ ਅਤੇ ਇਹ ਸਿੱਖ ਤਾਂ ਗਈ ਤੇਰੀਆਂ ਭੂਆ 'ਤੇ ਪਰ ਮੈਂ ਆਖਣਾ ਪਰ ਪੱਠੇ ਮੈਂ ਜ਼ਿੰਦਗੀ 'ਚ 3 ਸਾਲ ਹੋ ਜਾ ਮੇਰੇ ਪੱਠੇ ਛੱਡਿਆ ਅੱਛਾ ਹੁਣ ਤੱਕ ਪਾਉਂਦੇ ਰਹੇ ਹੁਣ ਤੱਕ ਪੱਠੇ ਪਾਉਂਦੀ ਰਹੀ ਹਾਂ ਹੁਣ ਵੀ ਮੈਨੂੰ ਹੋਰ ਕੋਈ ਨਹੀਂ ਗੀ ਜੇ ਟੈਨਸ਼ਨ ਹੋ ਜਾਵੇ ਤਾਂ ਮੇਰਾ ਬਲੱਡ ਵੱਧ ਜਾਂਦਾ ਅਤੇ ਜਾਂ ਮਾੜੀ ਜੀ ਮੇਰੇ ਗੋਡਿਆਂ ਦੀ ਹੋਰ ਮੈਨੂੰ ਕੋਈ ਰੋਗ ਨਹੀਂ ਅਤੇ ਮੈਂ ਹੁਣ ਆਇਆਂ ਦੀ ਜੇ ਮੇਰੇ ਗੋਡੇ ਨਾ ਦੁਖਦੇ ਹੁਣ ਨਾ ਮੈਂ ਤੁਹਾਡੇ ਨਾਲ ਕੰਮ ਵਾਲਾ ਕਰਾਂ ਅੱਛਾ ਹਾਂ ਹੁਣ ਦੀਆਂ ਕੁੜੀਆਂ ਨੂੰ ਮੈਂ ਕੰਮ ਵਾਲਾ ਕਰਾਂ ਤੇ ਬੀਬੀ ਤੁਸੀਂ ਜਿਵੇਂ ਤੁਹਾਡੇ 5 ਬੱਚੇ ਹੋਏ ਹਨਾ ਵੀ 3 ਡੈਡੀ ਵਰਗੇ 2 ਭੂਆ ਤੇ ਉਦੋਂ ਬੀਬੀ ਅੱਜ ਕੱਲ ਤਾਂ ਜਿਵੇਂ ਹੁਣ ਇੱਕ ਜਵਾਕ ਜੰਮ ਕੇ ਹੀ ਬਸ ਹੋ ਜਾਂਦੀ ਹੈ ਸਾਰਿਆਂ ਦੀ ਪੁੱਤ ਅੱਗੇ ਤੇ ਜਵਾਕ ਇੰਨੇ ਪਾਲੇ ਕਿਵੇਂ ਤੁਸੀਂ ਇੰਨੇ 5 ਜਵਾਕ ਬਸ ਆਈ ਪਾਲ ਜਦ ਅੱਗੇ ਪੁੱਤ ਜਵਾਕ ਹੈ ਹੁਣ ਆਂਗੂ ਠੱਠ ਨਹੀਂ ਸੀ ਕਰਦੇ ਅੱਛਾ ਜਿਵੇਂ ਹੁਣ ਬੱਚੇ ਠੱਠ ਕਰਦੇ ਆਏ ਨਹੀਂ ਸੀ ਇਹ 2 ਸਾਲਾਂ ਦਾ ਸੀ ਤੇਰਾ ਡੈਡੀ ਤੇ ਜਦੋਂ ਤੇਰੀ ਭੂਆ ਹੋ ਗਈ ਆ ਤੇ ਬੇਬੇ ਨੇ ਇੱਥੇ ਹੀ ਰੱਖ ਲਿਆ ਇਹ ਤਾਂ ਬੇਬੇ ਕੋਲੇ ਰਹਿਣ ਲੱਗ ਗਿਆ ਤੇ ਬਸ ਅੱਗੇ ਨਾ ਜਵਾਕ ਐਂ ਨਹੀਂ ਸੀ ਕਰਦੇ ਤੇ ਨਾ ਕੋਈ ਐਂ ਜਵਾਕਾਂ ਨੂੰ ਸੀਗਾ ਵੀ ਸਾਂਭਣਾ ਉਹ ਤੇਰੀ ਭੂਆ ਸੀਗੀ ਸਾਰਿਆਂ ਨਾਲੋਂ ਛੋਟੀ ਸੀਗੀ ਜਿਹੜੀ ਮੇਰੀ ਨਨਾਣ ਤੇਰੇ ਡੈਡੀ ਦੀ ਭੂਆ ਉਹ ਚੱਕ ਕੇ ਇਹਨੂੰ ਖੜਾਉਂਦੀ ਫਿਰਦੀ ਰਹਿੰਦੀ 4 ਦਿਨ ਲਈ ਫਿਰਦੀ ਤੇ ਅੱਗੇ ਨਹੀਂ ਸੀ ਐਂ ਜਵਾਕ ਖਰਾਬ ਨਹੀਂ ਫਿਰ ਚੀਜ਼ ਆ ਹੁਣ ਵੇਖ ਇਕੱਲਾ ਇਕੱਲਾ ਜਵਾਕ ਵੀ ਆਹਦਾ ਇੰਨਾ ਉੱਥੇ ਸਾਡੇ ਆਪਣੇ ਆਉਂਦਾ ਹੁੰਦਾ ਸੀ ਜੈਤੋ ਤੋਂ ਤੇ ਉਹ ਤੋਂ ਨਾ ਸਭ ਲੈ ਲੈਣੇ ਮਰੂਦ 2 ਮਰੂਦ ਲੈ ਲਏ ਚੀਰ ਕੇ ਫਾੜੀਆਂ ਕਰਕੇ ਇੱਕ ਇੱਕ ਫਾੜੀ ਜਵਾਕਾਂ ਨੂੰ ਖਾ ਲੈਣੀ ਫਿਰ ਹੁਣ ਇਕੱਲਾ ਇਕੱਲਾ ਜਵਾਕ ਹੁੰਦਾ ਨਾ ਉਹ ਬਾਲਾ ਹੋ ਜਾਂਦੇ ਆ ਫਿਰ ਅੱਗੇ ਘਰ ਦੇ ਛੋਲੇ ਹੁੰਦੇ ਸੀ ਭੱਠੀ ਤੇ ਦਾਣੇ ਬਣਾ ਕੇ ਲਿਆਉਣ ਉਹ ਛੋਲੇ ਚੱਬੀ ਜਾਂਦੇ ਜਵਾਕ ਫਿਰ ਸਕੂਲ ਜਾਣਾ ਹੁਣ ਵੇਖ ਆਪਾਂ ਕਿੰਨਾ
ਵੀ ਰੋਜ਼ ਵਾਂਗੂ ਜੰਨੀ ਚੜ੍ਹਦੀ ਉਹਦੇ ਲੀੜੇ ਪ੍ਰੈਸ ਕਰਤੇ ਉਹਨੂੰ ਆਹ ਚਲਾ ਤੇਰੇ ਡੈਡੀ ਹੋਰਾਂ ਦੀਆਂ ਬੋਰੀਆਂ ਦੇ ਝੋਲੇ ਹੁੰਦੇ ਸੀ ਤੇ ਬੋਰੀਆਂ ਹੱਥਾਂ 'ਚ ਹੁੰਦੀਆਂ ਸੀ ਤੇ ਫੱਟੀਆਂ ਹੁੰਦੀਆਂ ਤੇ ਸਕੂਲ ਜਾ ਵੜਦੇ ਤੇ ਆਉਣਾ ਅੱਧੀ ਛੁੱਟੀ ਸਕੂਲੋਂ ਤੇ ਰੋ ਕੁੱਟ ਕੇ ਪਾ ਕੇ ਗੁੜ ਤੇ ਕੁੱਟ ਕੇ ਲੱਡੂ ਬਣਾ ਕੇ ਰੱਖਦੇ ਨੇ ਰੋਟੀ ਚੂਰੀ ਉਹ ਖਾ ਲੈਂਦੇ ਤੁਸੀਂ ਤਾਂ ਨਹੀਂ ਬੜੇ ਬੀਬੀ ਕੁਛ ਕੋਈ ਪੜਾਇਆ ਤੇ ਤੁਹਾਨੂੰ ਮਾੜਾ ਮੋਟਾ ਪੜ੍ਹੇ ਆ ਕਿ ਨਹੀਂ ਨਹੀਂ ਬੇਟਾ ਮੈਂ ਤਾਂ ਫਿਰ ਉਹਦਾ ਨਾ ਉੱਥੇ ਰਾਜਸਥਾਨ ਸੀਗੇ ਉੱਥੇ ਹਿੰਦੀ ਦੀ ਸੀ ਬਸ ਮੈਂ 2 ਸਾਲ ਸਕੂਲ ਗਈ ਸਾਂ ਨਹੀਂ ਮੈਂ ਨਹੀਂ ਪੜ੍ਹੀ ਕੋਈ ਦੂਜੀ ਮੇਰੀ ਭੈਣ ਜਿਹੜੀ ਬਾਕੀ ਜਿਵੇਂ ਚਾਚਾ ਜੀ ਹੋਰਿਆਂ ਨੂੰ ਤੇ ਡੈਡੀ ਹੋਰਿਆਂ ਨੂੰ ਤਾਂ ਤੁਸੀਂ ਪੜਾਇਆ ਹਨਾ ਇਹਦੇ ਵਿੱਚ ਜਿਵੇਂ ਪਹਿਲਾਂ ਤਾਂ ਪੜਾਉਂਦੇ ਵੀ ਘੱਟ ਹੀ ਸੀਗੇ ਮਰਦਨ ਦਾਦੀ ਵੀ ਤੇਰੇ ਬਾਪੂ ਜੀ ਨੂੰ ਇੰਨਾ ਖਿਆਲ ਸੀਗਾ ਨਾ ਉਹਨੂੰ ਬਹੁਤ ਜ਼ਿਆਦਾ ਪੜ੍ਹਾਈ ਬੰਨੀ ਧਿਆਨ ਸੀ ਤੇ ਉਹ ਇਹ ਸਾਰਿਆਂ ਨੂੰ ਛੋਟਾ ਸੀਗਾ ਜਿਹੜਾ ਉਹਦਾ ਭਰਾ ਸੀ ਮਾਸਟਰ ਇਹਨੂੰ ਐਂ ਹੋਣਾ ਲੋਕਾਂ ਤੋਂ ਗੱਲਾਂ ਹੁੰਦਾ ਵੀ ਇਹਨੂੰ ਮੈਂ ਪੜ੍ਹਾਵਾਂ ਲਿਖਾਵਾਂ ਵੀ ਸਾਰੇ ਵੀ ਜਾਣੀ ਕੁਲ ਸੁਧਾਰੀ ਜਾਵੇ ਫਿਰ ਇਹਨੇ ਦੂਜਾ ਉਹਨੂੰ ਪੜ੍ਹਨ ਤੇ ਉਹ ਬਾਪੂ ਜੀ ਨੇ ਵੀ ਕਹਿਣਾ ਦੂਜਿਆਂ ਨੇ ਵੀ ਕਹਿਣਾ ਵੀ ਇਹਨੂੰ ਨਹੀਂ ਪੜ੍ਹਾਉਣਾ ਨਹੀਂ ਪੜ੍ਹਾਉਣਾ ਪਹਿਲਾਂ ਇਹਨੂੰ ਇੱਥੇ ਲਾਇਆ ਵੀ ਜੈਤੋਂ ਪੜ੍ਹਿਆ ਪੰਜਾਂ ਦਾ ਹੀ ਸੀ ਰੋੜੀ 'ਚ ਤਾਂ ਸਕੂਲ ਫਿਰ ਇਹਨੂੰ ਜੈਤੋਂ ਪੜ੍ਹਾਇਆ ਜੈਤੋਂ ਤੋਂ ਫਿਰ ਇਹਨੂੰ ਨਾ ਬਹੁਤੇ ਨੰਬਰ ਲੈ ਗਿਆ ਦਸਵੀਂ 'ਚ ਫਿਰ ਇਹਨੂੰ ਨਾ ਕਹਿਣ ਲੱਗੇ ਚੰਡੀਗੜ੍ਹ ਪੜ੍ਹਨ ਲਾਉਣਾ ਉਹਨੇ ਉਹਨਾਂ ਸਮਿਆਂ ਦੇ ਵਿੱਚ ਚੰਡੀਗੜ੍ਹ ਲਾਇਆ ਫਿਰ ਉਹਨੂੰ ਵੇਖ ਲਾ ਸਾਇੰਸ ਮਾਸਟਰ ਬਣਿਆ ਉਹ ਅਤੇ ਬਹੁਤ ਉਹਦੇ ਧਿਆਨ ਸੀਗਾ ਫਿਰ ਅਗਾਂਹ ਉਹਨੂੰ ਆਪਦੇ ਬੱਚਿਆਂ ਦਾ ਹੋ ਗਿਆ ਉਹਨੂੰ ਜਦੋਂ ਆਪਦੇ ਭਰਾ ਨੂੰ ਪੜ੍ਹਾਉਂਦਾ ਸੀ ਦੂਜਿਆਂ ਨੇ ਕਹਿਣਾ ਵੀ ਨਾ ਨਹੀਂ ਪੈਸੇ ਉਹਨੇ ਕਹਿਣਾ ਮੈਂ ਆਪਦਾ ਹਿੱਸਾ ਧਰ ਕੇ ਇਹਨੂੰ ਪੜ੍ਹਾਉਂਗਾ ਫਿਰ ਉਹ ਆਪਦੇ ਬੱਚਿਆਂ ਦੇ ਖਿਆਲ ਹੋ ਗਏ ਉਹਨੇ ਆਖਿਆ ਵੀ ਮੈਂ ਸਾਰੇ ਕੋਈ ਆਇਆ ਨਾ ਮੈਨੂੰ ਕਵੇ ਮੈਂ ਅਨਪੜ੍ਹ ਰਹਿ ਜਾ ਰਹਿਣ ਵਧੀਆ ਸੀ ਰਹਿਣ ਹੁਣ ਤਾਂ ਕਿਸੇ ਨੂੰ ਹੈ ਨੀ ਮੋਹ ਤੇ ਹੈ ਨੀ ਹੁਣ ਤਾਂ ਕੋਈ ਕਿਸੇ ਦਾ ਮੋਹ ਨੀ ਤੇ ਨੀ ਅੱਗੇ ਸਾਰੇ ਕੰਮ ਥੀ ਕਰਨੇ ਮੈਂ ਤਾਂ ਵੇਲਾ ਇਸ ਵੇਲੇ ਫਿਰ ਰੋਟੀ ਲੈ ਕੇ ਜਾਣਾ ਰਾਤ ਨੂੰ ਆਉਣਾ ਕੋਈ ਡਰ ਨਹੀਂ ਸੀ ਕੋਈ ਡਰ ਨਹੀਂ ਹੁੰਦਾ ਸੀ ਵੀ ਰਾਤ ਦੇ 10 ਵਜੇ ਜਦੋਂ ਜਿਹੜੇ ਸਾਲ 'ਚ ਲੜਾਈ ਲੱਗੀ ਇੰਦਰਾ ਗਾਂਧੀ ਦੀ ਉਹ ਸਮਿਆਂ ਦੇ ਵਿੱਚ ਅਸੀਂ 8 ਵਜੇ ਖੇਤੋਂ ਬਾਹਰ ਨਿਕਲਣਾ ਤੇ ਕੋਈ ਡਰ ਨਹੀਂ ਸੀ ਐਂ ਟਿੱਬੇ ਹੁੰਦੇ ਸੀ ਆਪਣੇ ਗਾਹਾਂ ਖੇਤ ਸੀ ਟਿੱਬਿਆਂ ਵਿੱਚ ਦੀਆਂ ਕੁੜੀਆਂ ਨਾਲ ਨਰਮਾ ਚੁਗਣ ਵਾਲੀਆਂ ਹੁੰਦੀਆਂ ਕੋਈ ਡਰ ਨਹੀਂ ਸੀ ਅੱਗੇ ਜੇ ਮਾਹੌਲ ਸੀ ਵੀ ਕੋਈ ਨਹੀਂ ਸੀ ਹੁਣ ਤਾਂ ਕੋਈ ਉੱਥੋਂ ਤਾਂ ਹੀ ਨਹੀਂ ਜਾ ਸਕਦਾ ਕੱਡੀ ਕੁੜੀ ਇੱਕ ਬੀਬੀ ਜਿਵੇਂ ਪਹਿਲਾਂ ਲੋਕ ਕੁੜੀਆਂ ਦਾ ਵੀ ਬਹੁਤ ਵਿਚਾਰ ਕਰਦੇ ਸੀ ਵੀ ਕੁੜੀਆਂ ਨਾ ਹੋਣ ਮੁੰਡੇ ਕੁੜੀਆਂ ਮਾਰਦੇ ਸੀ ਮਾਰ ਦਿੰਦੇ ਇੱਕ ਪੂਰੇ ਕੇ ਕੁੜੀਆਂ ਪੁੱਤ ਰੱਖਦੇ ਨਹੀਂ ਸੀਗੇ ਇੱਕ ਪੂਰੇ ਕੇ ਵੱਜਦੇ ਸੀ ਕੁੜੀਆਂ ਨਹੀਂ ਸੀ ਰੱਖਦੇ ਫਿਰ ਇੱਕ ਵਾਰੀ ਇਹ ਰੱਖੀ ਕਿੱਥੋਂ ਕੁੜੀ ਇਹ ਰੱਖੀ ਤੇ ਨਾ ਉਹ ਇੱਕ ਕੁੜੀ ਸੀਗੀ ਤੇ ਉਹ ਨਾ ਬੁੜੇ ਨੂੰ ਫਾਂਸੀ ਆਉਣ ਲੱਗੀ ਫਾਂਸੀ ਟੁੱਟ ਗਈ ਸੀ ਫਿਰ ਉਦੋਂ ਤੋਂ ਕੁੜੀਆਂ ਆਪਣੇ ਰੱਖਣ ਲੱਗੇ ਨੇ ਕਪੂਰੇ ਕੇ ਕੁੜੀਆਂ ਨੀ ਆਪਣੇ ਰੱਖਦੇ ਰੋੜੀ ਕਪੂਰਾ ਹਾਂ ਰੋੜੀ ਕਪੂਰਾ ਕੁੜੀਆਂ ਨੀ ਸੀ ਰੱਖਦੇ ਉਦੋਂ ਕੁੜੀਆਂ ਨੂੰ ਐਂ ਮਾਰਦੇ ਮਾਰਦੇ ਕਿਵੇਂ ਸੀ ਬਸ ਉਹ ਜਦੋਂ ਕੁੜੀ ਹੁੰਦੀ ਤੇ ਵਿੱਚ ਅੱਕ ਚੋ ਕੇ ਉਹਦੇ ਮੂੰਹ 'ਚ ਪਾ ਦਿੰਦੇ ਮਰ ਜਾਂਦੀ ਅੱਕ ਪੌੜਾ ਅੱਕ ਕੁਕੜੀਆਂ ਵਾਲਾ ਉਹ ਚੋ ਕੇ ਤੇ ਜਾਂ ਉਹਨੂੰ ਪਾਣੀ 'ਚ ਡੁਬੋ ਕੇ ਮਾਰ ਦਿੰਦੇ ਇੱਕ ਇੱਕ ਕੁੜੀ ਰੱਖਦੇ ਸੀ ਉਹ ਵੀ ਤੇ ਜਿਹੜੀ ਹਾਂ ਇੱਕ ਕੁੜੀ ਰੱਖੀ ਵੀ ਉਹ ਫਿਰ ਸੌਖੀ ਨਹੀਂ ਸੀ ਰਹਿੰਦੀ ਇਹ ਵੀ ਵਿਚਾਰ ਕਰਦੇ ਸੀਗੇ ਵੀ ਰੋੜੀ ਕਪੂਰੇ ਦੀਆਂ ਕੁੜੀਆਂ ਵੀ ਸੌਖੀ ਨਹੀਂ ਵਸਦੀਆਂ ਅੱਛਾ ਬੀਬੀ ਹੁਣ ਆਪਾਂ ਆਖਰੀ ਗੱਲ ਮੈਂ ਤੁਹਾਨੂੰ ਕਹਿੰਦੀ ਹਾਂ ਵੀ ਜਿਹੜੇ ਸਾਡੇ ਦਰਸ਼ਕ ਆ ਜਿਹੜੇ ਦੇਖ ਰਹੇ ਆ ਉਹਨਾਂ ਨੂੰ ਕੋਈ ਸੁਨੇਹਾ ਆਉਂਦੇ ਹੋ ਨਵੇਂ ਮੁੰਡੇ ਕੁੜੀਆਂ ਨੂੰ ਵੀ ਕਿਵੇਂ ਉਹਨਾਂ ਨੂੰ ਰਹਿਣਾ ਚਾਹੀਦਾ ਉਹਨਾਂ ਨੂੰ ਫਿਰ ਪਤਾ ਐ ਆਖੀ ਦਾ ਵੀ ਅੱਗੇ ਵਾਲੇ ਸਮੇਂ 'ਚ ਰਹੋ ਵੀ ਆਪਦਾ ਰਲ ਕੇ ਰਹੋ ਤੇ ਹੁਣ ਮੋਹ ਪਿਆਰ ਵਧਾਓ ਤੇ ਵੀ ਆਪਦਾ ਵਧੀਆ ਰਹੋ ਵੀ ਪਿਛਲੇ ਮਾਹੌਲ ਤਾਂ ਬਹੁਤ ਵਧੀਆ ਸੀ ਹੁਣ ਨਹੀਂ ਗਾ ਹੁਣ ਤਾਂ ਇੱਕ ਸਿਆਣੇ ਕਹਿੰਦੇ ਹੁੰਦੇ ਜੱਟ ਦਾ ਪੁੱਤ ਕੱਲਾ ਹੀ ਹੁੰਦਾ ਹੁਣ ਤਾਂ ਕੱਲਾ ਹੀ ਆ ਬਸ ਹੁਣ ਆਖ ਦਿੰਦੇ ਵਾਲੇ ਨਾ ਹੁਣ ਇੱਕ ਹੋਵੇ ਦੂਜਾ ਨਾ ਹੋਵੇ ਜੇ ਇੱਕ ਤਾਂ ਫਿਰ ਉਹ ਵੀ ਨੂੰਹ ਸੱਸ ਜੇ ਚੰਗੀ ਬਣ ਜੇ ਤਾਂ ਵਧੀਆ ਹੁੰਦਾ ਤੇ ਨਹੀਂ ਪੁੱਤ ਫਿਰ ਕੱਢ ਤੇ ਕੱਢ ਫਿਰ ਐਂ ਨਹੀਂ ਨਾ ਵੀ ਵਧੀਆ ਥਵਾ ਕੇ ਰੱਖੋ ਤੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਸੇਵਾ ਕਰੋ ਸੀਸਾਂ ਮਿਲਦੀਆਂ ਵੀ ਬਜ਼ੁਰਗਾਂ ਦੀ ਸੇਵਾ ਕਰੋ ਤਾਂ ਤਰ ਜਾਂਦਾ ਤੇ ਅੱਜ ਕੱਲ੍ਹ ਫਿਰ ਇਹ ਚਾਹੀਦਾ ਵੀ ਤੁਸੀਂ ਆਪਦਾ ਵਧੀਆ ਕਦੇ ਵਾਸਤੇ ਵੀ ਵੇਖ ਲਓ ਜਿਹੜਾ ਬਜ਼ੁਰਗ ਦੀ ਸੇਵਾ ਕਰੂਗਾ ਨਾ ਉਹ ਤਰ ਜਾਊਗਾ ਜੇ ਮਾਂ ਪਿਓ ਦੀ ਆਪਾਂ ਸੇਵਾ ਕਰਾਂਗੇ ਇੱਕ ਸੀਸ ਨਿਕਲੂਗੀ ਉਹਦੀ ਵਧੀਆ ਪਾਰ ਹੋ ਜਾਂਦੀ ਹੈ ਜੇ ਹੁਣ ਨੂੰਹ ਆ ਭੈੜੀ ਜਾਂ ਸੱਸ ਭੈੜੀ ਜਾਂ ਵੀ ਆਪਾਂ ਫਿਰ ਉੱਥੇ ਨੂੰਹ ਪੁੱਤ ਦਾ ਵੀ ਜਦੋਂ ਵੱਡਾ ਬੰਦਾ ਨੂੰ ਕੋਈ ਸਾਂਭਦਾ ਨਹੀਂ ਫਿਰ ਉਹਦੇ ਮੂੰਹ ਚੋਂ ਐਂ ਨਿਕਲਦਾ ਵੀ ਮੈਨੂੰ ਸਾਂਭਦਾ ਨਹੀਂ ਮੇਰੇ ਆਏ ਆ ਤੇ ਐਂ ਆਖੀਦਾ ਵੀ ਹੁਣ ਵਧੀਆ ਆਪਦਾ ਰਹੋ ਤੇ